ਬੇਨਤੀ ਇਹ ਹੈ ਫੋਨ ਮੈਨੂੰ ਰਣਜੀਤ ਦਾ ਵੀ ਆਇਆ ਹੂੰ ਫੋਨ ਮੈਨੂੰ ਸਾਡੇ ਲੀਡਰਾਂ ਦਾ ਵੀ ਆਇਆ ਗਾਈ ਤੁਸੀਂ ਫੇਰ ਨਹੀਂ ਨਹੀਂ ਮੈਂ ਉਹਨੇ ਡਿ ਕੋਈ ਗੱਲ ਕਹੀ ਹੈ ਵੀ ਮੇਰੇ ਹੱਥ ਦੇ ਵਿੱਚ ਕੋਈ ਕਾਗਜ਼ ਦੇ ਦਿਓ ਕਿਉਂਕਿ ਮੈਨੂੰ ਲੋਕਾਂ ਨੇ ਸਵਾਲ ਕਰਨਾ ਵੀ ਤੇਰੀ ਟਿਕਟ ਕਿੱਧਰ ਨੂੰ ਗਈ ਮੈਂ ਕਹੂੰਗਾ ਪਾਰਟੀ ਲਈ ਮੇਰੀ ਆ ਡਿਊਟੀ ਲਈ ਹੈ ਮੈਂ ਇਹ ਕਰਨਾ ਹੈ ਮੇਰੇ ਕੋਲ ਕੋਈ ਜਵਾਬ ਤਾਂ ਹੋਊਗਾ ਨਾ ਹਾਂਜੀ ਇਸ ਕਰਕੇ ਮੈਂ ਨਹੀਂ ਹੈ ਮਤਲਬ ਤੁਹਾਨੂੰ ਸਟਾਰ ਪ੍ਰਚਾਰਕ ਬਣਾ ਦਿੱਤਾ ਜਾਵੇ ਤੁਸੀਂ ਸਟਾਰ ਨਾ ਲਿਖਣ ਕੱਲਾ ਪ੍ਰਚਾਰ ਕਰਨ ਜਿਸ ਤਰ੍ਹਾਂ ਸਤਾਰ ਤਾਂ ਮੈਨੂੰ ਰੱਬ ਨੇ ਲੋਕਾਂ ਨੇ ਬਣਾਇਆ ਹੋਇਆ ਹੈ ਜੀ ਲੋਕਾਂ ਨੇ ਜੇ ਮੈਨੂੰ ਸਤਾਰ ਬਣਾਇਆ ਹੋਇਆ ਤਾਂ ਹੀ ਮੈਂ ਇੱਥੇ ਤੱਕ ਪਹੁੰਚਿਆ ਨਹੀਂ ਮੇਰੇ ਮਨ ਕਹਿੰਦਾ ਨਹੀਂ ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ ਲੈਟਰ ਲਿਖਣ ਨੂੰ ਟਾਈਮ ਨਹੀਂ ਲੱਗਦਾ ਪਰ ਤੁਹਾਡੇ ਪ੍ਰਚਾਰ ਦੀ ਵਜ੍ਹਾ ਦੇ ਨਾਲ ਮਤਲਬ ਕਿ ਸਮੇਂ ਤੇ ਡਿਸੀਜਨ ਨਹੀਂ ਲੈਂਦੇ ਇਹ ਸਮਝਦੇ ਹੋ ਕਾਂਗਰਸ ਦੇ ਉਹਨਾਂ ਦੀ ਆਪਣੀ ਸੋਚ ਹੈ ਉਹਨਾਂ ਦੀ ਆਪਣੀ ਮਰਜ਼ੀ ਹੈ ਮੈਂ ਉਹਨਾਂ ਨੂੰ ਨਾ ਤਾਂ ਕੋਈ ਰਾਹ ਦੇ ਸਕਦਾ ਹੈ ਜੀ ਤੇ ਨਾ ਹੀ ਮੈਂ ਇਹ ਕਹਾਂ ਕਿ ਉਹ ਗਲਤ ਕਰ ਰਹੇ ਨੇ ਉਤਰਾਣੋਂ ਕਿ ਮਰਜ਼ੀ ਹੈ ਨਹੀਂ ਫਿਰ ਠੀਕ ਮੰਨਦੇ ਹੋ ਕਿ ਠੀਕ ਹੋ ਰਿਹਾ ਨਹੀਂ ਦੇਖੋ ਇਹ ਉਹ ਜਾਣਦੇ ਨੇ ਉਹ ਠੀਕ ਕਰ ਰਹੇ ਨੇ ਕਿ ਗਲਤ ਕਰ ਰਹੇ ਨੇ ਹਾਂਜੀ ਮੈਂ ਬੈਠਾ ਵੀ ਤਿਆਰ ਅੱਛਾ ਤੁਸੀਂ ਕਾਂਗਰਸ ਦੇ ਅੰਦਰੋਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਮੈਂ 4-5 ਨਾਮ ਲੈਣਾ ਹੈ ਰਾਜਾ ਵਰਿੰਗ ਪ੍ਰਤਾਪ ਬਾਜਵਾ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਹ 4-5 ਵੱਡੇ ਨਾਮ ਹੈਗੇ ਨੇ ਇਹ ਇਕੱਠੇ ਹੈਗੇ ਨੇ ਇੱਕ ਮੁਠ ਤੋਂ ਨਜ਼ਰ ਆਉਂਦੇ ਨੇ ਕਿ ਹਾਂ ਇਹ ਪੂਰੀ ਤਾਕਤ ਦੇ ਨਾਲ ਇਕੱਠੇ ਹੋ ਕੇ ਲੜ ਰਹੇ ਨੇ ਜਾਂ ਨਹੀਂ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਕੀਤਾ ਨਾ ਜੀ ਚੰਗੀ ਗੱਲ ਸੀ ਜੇ ਉਹਨਾਂ ਨੂੰ ਕਰੋ ਉਹਨਾਂ ਨੂੰ ਵੀ ਕਿਤਾ ਸੀ ਪਰ ਇਹ ਕਿ ਇੱਕ ਵਰਕਰ ਇੱਕ ਹਲਪੀਕ ਪਾਰਟੀ ਦਾ ਆਗੂ ਕੀ ਸੋਚ ਰਿਹਾ ਹੈ ਉਹਨਾਂ ਤੱਕ ਵੀ ਪਹੁੰਚ ਜਾਣਾ ਉਹਨਾਂ ਦਾ ਕੀ ਜਵਾਬ ਤੁਹਾਨੂੰ ਮਿਲ ਗਿਆ ਹੋਊਗਾ ਤੁਸੀਂ ਇਹ ਸਵਾਲ ਮੈਥੋਂ ਕਿ ਪੁੱਛਦੇ ਹੋ ਦੇਖੋ ਮੈਂ ਕਹਿੰਦਾ ਦਿਲ ਦੀ ਨਹੀਂ ਜਾਣਦਾ ਨਹੀਂ ਨਹੀਂ ਦਿਲ ਦੀ ਨਹੀਂ ਦੇਖੋ ਇੱਕ ਜਿਹੜਾ ਵਰਕਰ ਤੁਹਾਡੀ ਵੀ ਹਲਕੇ ਦਾ ਤੁਹਾਡੇ ਪਾਰਲੀਮੈਂਟ ਹਲਕੇ ਦਾ ਹੋਏਗਾ ਜਿਹੜਾ ਤੁਹਾਨੂੰ ਫੋਲੋ ਕਰਦਾ ਹੈ ਜਾਂ ਤੁਹਾਡੇ ਨਾਲ ਖੜਦਾ ਹੈ ਉਹ ਇੱਕ ਰਾਏਤਾ ਬਣਾਉਂਦਾ ਹੈ ਨਾ ਕਿ ਜਦੋਂ ਇੱਕ ਪੂਰੀ ਪਿਕਚਰ ਕ੍ਰੀਏਟ ਹੁੰਦੀ ਹੈ ਪੰਜਾਬ ਕਾਂਗਰਸ ਨੂੰ ਲੈ ਕੇ ਤਾਂ ਉਹਦੇ ਜ਼ਹਿਨ ਦੇ ਵਿੱਚ ਕੀ ਆ ਰਿਹਾ ਮੈਂ ਤਾਂ ਉਹ ਜਾਨਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਬੈਟਰ ਹੋ ਸਕਦਾ ਹੈ ਕਿ ਸਾਰੇ ਇਕੱਠੇ ਆਉਣ ਹੋਰ ਵੀ ਬਹੁਤ ਸਾਰੇ ਨਾਮ ਹੈਗੇ ਨੇ ਜਿਹੜੇ ਕਾਂਗਰਸ ਦੇ ਅੰਦਰ ਹੈਗੇ ਨੇ ਕਿ ਉਸ ਤਰੀਕੇ ਨਾਲ ਇਕੱਠੇ ਆਣ ਇਕੱਠੇ ਆ ਕੇ ਪ੍ਰਚਾਰ ਕਰਨ ਇਕੱਠੇ ਦੇਖਣ ਇਕੱਠੇ ਪ੍ਰੈਸ ਕਾਨਫਰੰਸ ਕਰਨ ਇੱਕ ਮਜ਼ਬੂਤ ਮੈਸੇਜ ਆਏਗਾ ਕਾਂਗਰਸ ਦੇ ਵਿੱਚ ਪੰਜਾਬ ਦਾ ਤੁਹਾਡੀ ਗੱਲ ਬੜੀ ਅੱਛੀ ਹੈ ਮੈਨੂੰ ਵੀ ਚੰਗੀ ਲੱਗੀ ਹੈ ਤੇ ਮੇਰਾ ਖਿਆਲ ਹੈ ਸਾਰੇ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਵੀ ਚੰਗੀ ਲੱਗੀ ਹੋਣੀ ਹੈ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਉਹ ਕਿਵੇਂ ਚੱਲਦੇ ਨੇ ਹਰ ਬੰਦਾ ਆਪਣਾ ਮਫਾਦ ਦੇਖਦਾ ਹਰ ਬੰਦਾ ਆਪਣਾ ਫਾਇਦਾ ਸੋਚਦਾ ਨਿੱਜੀ ਮੁਫਾਦਾਂ ਕਰਕੇ ਪਾਰਟੀ ਦੇ ਨਾਮ ਨਹੀਂ ਮੈਨੂੰ ਇਹ ਮੈਂ ਇਹ ਨਹੀਂ ਕਹਿ ਸਕਦਾ ਨਿੱਜੀ ਮੁਫਾਦਾਂ ਪਰ ਹਰ ਬੰਦਾ ਆਪਣਾ ਮੁਫਾਦ ਦੇਖਦਾ ਹੈ ਜੀ ਤੇ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਕਈ ਵਾਰ ادارے ਦਾ ਨੁਕਸਾਨ ਹੁੰਦਾ ਉਸ ਦੇ ਨਾਲ ਜਦੋਂ ਕੋਈ ਆਪਣਾ ਹੀ ਹੀ ਸਿਰਫ ਸੋਚੀ ਜਾਵੇ ਹਾਂ ਫਿਰ ਇਕਤਾ ਦੇ ਵਿੱਚ ਬਰਕਤ ਬਹੁਤ ਹੁੰਦੀ ਹੈ ਇਹ ਤਾਂ ਮੈਂ ਸਮਝਦਾ ਹਮ ਇਕਤਾ ਉਹ ਵਿੱਚ ਬਰਕਤ ਹੁੰਦੀ ਹੈ ਔਰ ਇਕਤਾ ਦੇ ਨਾਲ ਹੀ ਹਰ ਬੰਦਾ ਤਰੱਕੀ ਵੀ ਕਰਦਾ ਪਰ ਪਰਿਵਾਰ ਤਰੱਕੀ ਕਰਨ ਦੇ ਜੇ ਇਕਤਾ ਜੇ ਇਕਤਾ ਨਹੀਂ ਹੈ ਤੇ ਪਰਿਵਾਰ ਦੇ ਵਿੱਚ ਵੀ ਨੁਕਸਾਨ ਹੋ ਜਾਂਦਾ ਹੈ ਅੱਛਾ ਤੁਹਾਨੂੰ ਮਲਾਲ ਹੈ ਕਿ ਤੁਸੀਂ 10 ਸਾਲ ਇੱਕ ਵਾਰੀ ਐਮਪੀ ਰਹੇ ਇੱਕ ਵਾਰੀ ਐਮਐਲਏ ਰਹੇ ਸੱਤਾ ਵਾਲਾ ਕੰਮ ਦੋਵੇਂ ਵਾਰ ਨਹੀਂ ਸੀ ਨਾ ਸਟੇਟ 'ਚ ਨਾ ਸੈਂਟਰ ਦੇ ਵਿੱਚ ਮਲਾਲ ਹੈ ਇਸ ਚੀਜ਼ ਦਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਦੇਖੋ ਕਿ ਜਦੋਂ 2017 ਦੇ ਵਿੱਚ ਕਾਂਗਰਸ ਜਿੱਤੀ ਤੁਸੀਂ ਹਾਰ ਗਏ ਜਦੋਂ 12 ਦੇ ਵਿੱਚ ਤੁਸੀਂ ਜਿੱਤੇ ਕਾਂਗਰਸ ਹਾਰ ਗਈ ਜਦੋਂ 19 ਦੇ ਵਿੱਚ ਤੁਸੀਂ ਜਿੱਤੇ ਉਸ ਸਮੇਂ ਦੇਸ਼ 'ਚ ਕਾਂਗਰਸ ਆਰ ਗਈ ਬੜਾ ਖਤਰਨਾਕ ਸਵਾਲ ਹੈ ਤੁਹਾਡਾ ਮਤਲਬ ਜਦੋਂ ਜਦੋਂ ਮੈਂ ਆਇਆ ਉਦੋਂ ਉਦੋਂ ਕਾਂਗਰਸ ਦਾ ਹਾਲ ਬਣਾ ਹੋਇਆ ਬੜੀ ਮਾੜੀ ਗੱਲ ਹੈ ਤਾਂ ਐਸਾ ਤਾਂ ਕੁਝ ਨਹੀਂ ਹੈ ਸਾਡੇ ਮੇਰੇ ਦਿਲ 'ਚ ਹੁੰਦਾ ਨਾ ਕਿ ਜੇ 2017 'ਚ ਤੁਸੀਂ ਦੂਜੀ ਵਾਰ ਐਮ.ਐਲ.ਏ. ਜਿੱਤ ਜਾਂਦੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਤੁਹਾਡੇ ਬਹੁਤ ਤਾਲੁਕਤ ਵਧੀਆ ਰਹੇ ਉਹਨਾਂ ਦੇ ਨਾਲ ਮੰਤਰੀ ਬਣ ਜਾਂਦੇ ਇੱਕ ਕਈ ਵਾਰ ਮਲਾਲ ਹੁੰਦਾ ਮੈਂ ਤਾਂ ਇਸ ਕਰਕੇ ਨਹੀਂ ਮੰਤਰੀ ਬਣ ਕੇ ਕੋਈ ਖੰਭ ਥੋੜੀ ਲੱਗ ਜਾਂਦੇ ਨੇ ਕਰ ਲਈ ਵੀ ਨਾ ਸੇਵਾ ਯਾਰ ਹੂੰ ਜਦੋਂ ਡੀ.ਜੀ. ਸਾਹਿਬ ਮੈਂ ਇਹ ਗੱਲ ਮੰਨ ਲੈਂਦੇ ਨੇ ਫਿਰ ਮੰਤਰੀ ਬਣ ਕੇ ਕੀ ਹੈ ਨਹੀਂ ਮੈਂ 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 ਹੋਰ ਇਹਦੇ ਚ ਐਡ ਆਨ ਕਰ ਦਿੰਨਾ ਹੈ ਰਵਨੀਤ ਬਿੱਟੂ ਨੇ ਪਿਛਲੇ ਦਿਨੀ ਜਦੋਂ ਕਾਂਗਰਸ ਛੱਡੀ ਉਹਨਾਂ ਨੇ ਬਿਆਨ ਦਿੱਤਾ ਕਹਿੰਦੇ ਲੋਕ ਸਾਨੂੰ ਜਿਤਾ ਕੇ ਭੇਜਦੇ ਨੇ ਗਾਂ ਸਾਡੀ ਸਰਕਾਰ ਨਹੀਂ ਬਣਦੀ ਅਸੀਂ ਕੋਈ ਕੰਮ ਨਹੀਂ ਕਰ ਪਾਉਂਦੇ ਮੈਂ ਇਸ ਕਰਕੇ ਬੀਜੇਪੀ ਚ ਆਇਆ ਕਿ ਹੁਣ ਅੱਗੇ ਬੀਜੇਪੀ ਦੀ ਬਣਨੀ ਹੈ ਤੇ ਇਹਦੇ ਨਾਲ ਹੀ ਜੁੜ ਜਾਓ ਮੈਂ ਬਿੱਟੂ ਜੀ ਦਾ ਕਿ ਉਹ ਹਾਇਦਰਾ ਮੈ ਤੋਂ ਛੋਟੇ ਮੈਂ ਉਹਨਾਂ ਦੇ ਸੰਕਰ ਵੀ ਕਰਦਾ ਪਰ ਮੈਂ ਇਹ ਗੱਲ ਨਹੀਂ ਸਮਝ ਸਕਿਆ ਕਿ ਜੋਤਸ਼ੀ ਕਹਦੇ ਤੋਂ ਬਣੇ ਨੇ ਵੀ ਸਰਕਾਰ ਅਗਲੀ ਉਹਨਾਂ ਦੀ ਹੋਊਗੀ ਮੇਰੇ ਖਿਆਲ ਸਮਝ ਚ ਗੱਲ ਆਈ ਨਹੀਂ ਹੈ ਇਹ ਤਾਂ ਜਨਤਾ ਹੈ ਜਿਹਨੂੰ ਚਾਹੋਗੀ ਸਰਕਾਰ ਉਹਦੀ ਬਣੂਗੀ ਇੱਕ ਬਿੱਟੂ ਜੀ ਨੂੰ ਕਿਵੇਂ ਪਤਾ ਲੱਗਿਆ ਜਾਂ ਮੈਨੂੰ ਕਿਵੇਂ ਪਤਾ ਲੱਗ ਜੂਗਾ ਹੈ ਜੀ ਇਹ ਜਿਹੜੀਆਂ ਫालतू ਗੱਲਾਂ ਲੈਣਾ ਇਹ ਜੁਮਲੇ ਦੇ ਬਿੱਟੂ ਜੀ ਨੇ ਡਿਸੀਜਨ ਗਲਤ ਲਿਆ ਨਹੀਂ ਇਹ ਉਹੀ ਜਾਣਦੇ ਨੇ ਗਲਤ ਹੈ ਕਿ ਸਹੀ ਹੈ ਜਿਹੜਾ ਮੰਨ ਲਾ ਡਿਸੀਜਨ ਲੈਂਦਾ ਹਾਂਜੀ ਉਹਨੂੰ ਹੀ ਪਤਾ ਹੁੰਦਾ ਮੈਂ ਨਹੀਂ ਤੁਸੀਂ ਤੁਸੀਂ ਵੀ ਇੰਨਾ ਲੰਮਾ ਸਮਾਂ ਕਾਂਗਰਸ ਪਾਰਟੀ ਦਾ ਹਿੱਸਾ ਰਹੇ ਹੋ ਬਾਕੀ ਲੀਡਰ ਤੁਹਾਡੇ ਆਉਂਦੇ ਨੇ ਕਾਂਗਰਸ ਪਾਰਟੀ ਦੇ ਇੱਥੇ ਆਏ ਨੇ ਕਈ ਸਭ ਨੇ ਕਿਹਾ ਕਿ ਜੇ ਬਿਆਨ ਸਿੰਘ ਦੇ ਪਰਿਵਾਰ ਨੂੰ ਕੁਝ ਨਹੀਂ ਦਿੱਤਾ ਕਾਂਗਰਸ ਨੇ ਤਾਂ ਫਿਰ ਕਿਸੇ ਨੂੰ ਵੀ ਕੁਝ ਨਹੀਂ ਦਿੱਤਾ ਜੇ ਬਿੱਟੂ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਕੀ ਦਿੱਤਾ ਕਾਂਗਰਸ ਨੇ ਇਹ ਫਿਰ ਤੁਸੀਂ ਸਮਝਦੇ ਹੋ ਇਹ ਬਿੱਟੂ ਜੀ ਜਾਣਦੇ ਨੇ ਵੀ ਉਹਨਾਂ ਨੂੰ ਕੀ ਨਹੀਂ ਮਿਲਿਆ ਹਾਂ ਕਹ ਨਾ ਕਿਸ ਦੀ ਜੈ ਫੋਲਣੀ ਉਹਦੇ ਜੇਮ ਚ ਕੀ ਹੈ ਤੇ ਉਹੀ ਜਾਣਦੇ ਨੇ ਜਿਹੜੇ ਪਾਰਟੀ ਛੱਡ ਕੇ ਗਏ ਨੇ ਮਨਨ ਉਹਨਾਂ ਦੇ ਜਾਣ ਦਾ ਦੁੱਖ ਜ਼ਰੂਰ ਹੈ ਸਾਡੇ ਪਰਿਵਾਰ ਚੋਂ ਇੱਕ ਐਸਾ ਬੰਦਾ ਚਲਾ ਗਿਆ ਜਿਹੜਾ ਤਿੰਨ ਵਾਰੀ ਐਮਪੀ ਬਣਿਆ ਔਰ ਸਰਦਾਰ ਬੀਨ ਸਿੰਘ ਜੀ ਦਾ ਪੋਤਾ ਸਰਦਾਰ ਬੀਨ ਸਿੰਘ ਜੀ ਜਿਹੜੇ ਦੇਸ਼ ਵਾਸਤੇ ਪੰਜਾਬ ਵਾਸਤੇ ਸ਼ਹੀਦ ਹੋ ਗਏ ਨੇ ਹੈ ਨਹੀਂ ਮੈਂ ਸਮਝਦਾ ਬਈ ਚਲੋ ਸਦੀਕ ਸਾਹਿਬ ਤੁਸੀਂ ਹਰ ਸਵਾਲ ਦੇ ਉੱਤੇ ਇੰਡੀਵਿਜੂਅਲ ਦੀ رائے ਕਹਿ ਰਹੇ ਹੋ ਪਰ ਸਿਆਸਤਦਾਨਾਂ ਦੇ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਖੁੱਲ ਕੇ ਗੱਲ ਕਰਨੀ ਵੀ ਚਾਹੀਦੀ ਹੈ ਨਹੀਂ ਮੈਂ ਖੁੱਲ ਕੇ ਗੱਲ ਕਰ ਰਿਹਾ ਨਹੀਂ ਤੁਸੀਂ ਜਦੋਂ ਮੈਂ ਕਾਂਗਰਸ ਨੂੰ ਲੈ ਕੇ ਸਵਾਲ ਕਰਦਾ ਤੁਸੀਂ ਕਹਿੰਦੇ ਹੋ ਉਹਨਾਂ ਦਾ ਆਪਣਾ ਅਧਿਕਾਰ ਹੈ ਇੱਕ ਵਰਕਰ ਦੇ ਤੌਰ ਦੇ ਉੱਤੇ ਰਮਨੀਤ ਬਿੱਟੂ ਨੂੰ ਲੈ ਕੇ ਦੇਖੋ ਇੱਕ ਹਰ ਕਿਸ ਦੀ ਇੱਕ ਇੰਡੀਵਿਜੂਅਲ رائے ਤਾਂ ਹੁੰਦੀ ਹੈ ਤੁਸੀਂ ਉਸ ਤੋਂ ਬਚ ਰਹੇ ਹੋ ਤੁਸੀਂ ਸੇਫ ਪਲੇ ਕਰਦੇ ਹੋ ਮੈਂ ਬਿਲਕੁਲ ਨਹੀਂ ਬਚ ਰਿਹਾ ਮੈਂ ਇਹ ਕਹਿ ਰਿਹਾ ਵੀ ਜਿੱਦੀ ਜਿੱਦ ਮਰਜ਼ੀ ਹਿੰਦੁਸਤਾਨ ਹੈ ਇਹ ਡੈਮੋਕ੍ਰੇਸੀ ਹੈ ਇਹ ਲੋਕ ਰਾਜ ਹੈ ਹਰ ਬੰਦਾ ਆਪਣੀ رائے ਰੱਖਦਾ ਜਿਹੜੀ ਮੇਰੀ رائے ਆ ਉਹ ਇਹ ਹੈ ਵੀ ਜਿਹੜੇ ਲੋਕ ਪਾਰਟੀਆਂ ਛੱਡਦੇ ਨੇ ਉਹ ਮਾੜੀ ਗੱਲ ਹੈ ਹਮ ਅੱਛੀ ਗੱਲ ਨਹੀਂ ਹੈ ਤੁਹਾਡੇ ਜ਼ਿਹਨ ਚ ਆਏ ਕਦੇ ਕੀ ਕੀ ਪਾਰਟੀ ਚ ਹੋਰ ਪਾਸੇ ਦੇਖੀਏ ਇੱਕ ਫਿਲਮ ਆਈ ਸੀਗੀ ਉਹ ਫਿਲਮ ਦਾ ਨਾਮ ਪਤਾ ਕੀ ਸੀ ਕੋਠੇ ਟੱਪਣੀ ਮੈਂ ਉਹ ਨਹੀਂ ਹਾਂ ਅੱਛਾ ਸਦੀਕ ਸਾਹਿਬ ਕਲਾਕਾਰੀ ਵਧੀਆ ਹੈ ਕਿ ਸਿਆਸਤ ਵਧੀਆ ਹੈ ਜਾਂ ਦੋਨਾਂ ਨੂੰ ਕਿਵੇਂ ਵੇਖਦੇ ਹੋ ਨਹੀਂ ਮੈਂ ਦੋਨੋਂ ਜੁਨਾ ਹਡਾਈਆਂ ਨੇ ਹੈ ਜੀ ਮੈਨੂੰ ਉੱਥੇ ਵੀ ਸਤਕਾਰ ਮਿਲਿਆ ਇੱਥੇ ਵੀ ਸਤਕਾਰ ਮਿਲਿਆ ਇਹ ਜਿਹੜਾ ਸਤਕਾਰ ਸੀਗਾ ਇਹ ਮੈਂ ਸਮਝਦਾ ਇੱਕ ਸਰਕਾਰੀ ਤੌਰ ਤੇ ਉਹ ਜਿਹੜਾ ਸੀਗਾ ਉਹ ਮੇਰੀ ਮਿਹਨਤ ਦਾ ਸੀਗਾ ਇਸ ਕਰਕੇ ਮੈਨੂੰ ਦੋਨੋਂ ਹੀ ਚੰਗੇ ਲੱਗੇ ਨੇ ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ ਕਲਾਕਾਰ ਜਿਹੜੇ ਹੁੰਦੇ ਆ ਉਹ ਬੜੇ ਭਾਵੁਕ ਹੁੰਦੇ ਆ ਦਿਲੋਂ ਸੋਚਦੇ ਆ ਬਹੁਤ ਦਿਮਾਗ ਵਾਲੇ ਜਾਂ ਛਾਤਰ ਨਹੀਂ ਹੁੰਦੇ ਇਹ ਕਲਾਕਾਰਾਂ ਬਾਰੇ ਇੱਕ ਇੱਕ ਧਾਰਨਾ ਬਣੀ ਹੁੰਦੀ ਹੈ ਔਰ ਇਹ ਵੀ ਮੰਨਿਆ ਜਾਂਦਾ ਕਿ ਜ਼ਿਆਦਾਤਰ ਕਲਾਕਾਰ ਸਿਆਸਤ ਚ ਫਿੱਟ ਨਹੀਂ ਹੁੰਦੇ ਇਹ ਜ਼ਿਆਦਾ ਕਲਾਕਾਰ ਐਸੇ ਨੇ ਜਿਹੜੇ ਸਿਆਸਤ 'ਚ ਕਾਮਯਾਬ ਨਹੀਂ ਹੁੰਦੇ ਸੋ ਤੁਸੀਂ ਬਤੌਰ ਕਲਾਕਾਰ ਸਿਆਸਤ ਨੂੰ ਕਿਵੇਂ ਮਹਿਸੂਸ ਕੀਤਾ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਦਿਲ ਤੋਂ ਸੋਚਣ ਵਾਲੇ ਸੀ ਸ਼ਾਇਦ ਇਸੇ ਕਰਕੇ ਤੁਸੀਂ ਸਿਆਸਤ ਦੇ ਵਿੱਚ ਉਸ ਜਗ੍ਹਾ ਨਹੀਂ ਖੜੇ ਜਦੋਂ ਕਹਿੰਦੇ ਕਿ ਸੱਜੇ ਖੱਬੇ ਵੀ ਦੇਖਣਾ ਪੈਂਦਾ ਬਰਾਬਰ ਸਾਹਿਬ ਜਿਹੜੇ ਲੋਕ ਕਹਿੰਦੇ ਨੇ ਬਈ ਕਲਾਕਾਰ ਨੂੰ ਸਿਆਸਤ ਨਹੀਂ ਆਉਂਦੀ ਕਲਾਕਾਰ ਨੂੰ ਸਿਆਸੀ ਕੰਮ ਨਹੀਂ ਆਉਂਦੇ ਹੈ ਜੀ ਮੈਂ ਕਿ ਉਹਨਾਂ ਨੂੰ ਸਵਾਲ ਕਰਾਂ ਗਲਤ ਮਾੜੀ ਹੈ ਪਰ ਮੈਂ ਆਪ ਜੀ ਨੂੰ ਦੱਸ ਦਿੰਦਾ ਭਈ ਇਹ ਅਰਜੰਟ ਦੇ ਪੁੱਤਰ ਅਭਮਨ ਨਹੀਂ ਹਣਗੇ ਜਿਹੜੇ ਮਾਂ ਦੇ ਪੇਟ ਚੋਂ ਚ ਸਿੱਖ ਕੇ ਆਏ ਨੇ ਦੁਨੀਆ ਚ ਜਾ ਕੇ ਬੰਦਾ ਸਿੱਖਦਾ ਅਸੀਂ ਵੀ ਇੱਥੇ ਆਏ ਹਾਂ ਹੌਲੀ ਹੌਲੀ ਸਭ ਕੁਝ ਸਿੱਖ ਲਮਾ ਗਏ ਕੁਝ ਸਿੱਖਿਆ ਕੁਝ ਸਿੱਖ ਲਮਾ ਗਏ ਇਹ ਜਿਹੜੇ ਲੋਕ ਗੱਲਾਂ ਕਰਦੇ ਨੇ ਨਾ ਮੂੰਹੋਂ ਗੱਲ ਕਹਿ ਦੇਣੀ ਜਿਹਦਾ ਅਰਥ ਕੋਈ ਨਹੀਂ ਹੁੰਦਾ ਓਏ ਬਤੁ ਅੱਛੀ ਗੱਲ ਥੋੜੀ ਹੈ ਫਲਾਨਾ ਐ ਨਹੀਂ ਜਾਣਦਾ ਟਿਕਣਾ ਇਹ ਨਹੀਂ ਜਾਣਦਾ ਹੁਣ ਦੇ ਮੈਂ ਉਹਨਾਂ ਨੂੰ ਪੁੱਛਾਂ ਵੀ ਤੁਸੀਂ ਗਾਣਾ ਜਾਣਦੇ ਹੋ ਉਹ ਕੀ ਜਵਾਬ ਦੇਣਗੇ ਗੱਲ ਇਹ ਹੈ ਕਿਸੇ ਦੇ ਦੂਸ਼ਣ ਲਾਉਣਾ ਕਿਸੇ ਨੂੰ ਗਲਤ ਕਹਿਣਾ ਜਾਂ ਕਿਸੇ ਨੂੰ ਨਿਮਿਆਉਣਾ ਜਿਹੜੇ ਲੋਕ ਕਿਸੇ ਨੂੰ ਨਿਮਿਆਉਂਦੇ ਨੇ ਨਾ ਇਸ ਗੱਲ ਨਾਲ ਉਹ ਵੱਡੇ ਨਹੀਂ ਹੁੰਦੇ ਚਲੋ ਅਸੀਂ ਸਾਡੀ ਟੀਮ ਸਾਰੀ ਇੱਥੇ ਮੌਜੂਦ ਹੈ ਉਹ ਸਵਾਲ ਤੁਹਾਨੂੰ ਪੁੱਛਣਗੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਵਿਦ ਡਿਊ ਰਿਸਪੈਕਟ ਉਹ ਸਵਾਲ ਪੁੱਛਣਾ ਚਾਹੁੰਦਾ ਦੇਖੋ ਕਿਸਾਨੀ ਅੰਦੋਲਨ ਦੇ ਦੌਰਾਨ ਤੁਹਾਨੂੰ ਸਵਾਲ ਹੋਇਆ ਇੱਕ ਹੋ ਸਕਦਾ ਹੈ ਕਿ ਤੁਹਾਨੂੰ ਮੇਰਾ ਸਵਾਲ ਨਾ ਪਸੰਦ ਆਵੇ ਤੇ ਉੱਥੇ ਤੁਸੀਂ ਇੱਕ ਬਿਆਨ ਦਿੱਤਾ ਆਪਣੇ ਮੋਢੇ ਨੂੰ ਲੈ ਕੇ ਔਰ ਉਸ ਦਾ ਬਹੁਤ ਮਜ਼ਾਕ ਬਣਿਆ ਮੀਮਸ ਬਣ ਗਏ ਤੁਸੀਂ ਉਸ ਬਾਰੇ ਦੱਸਣਾ ਚਾਹੋਗੇ ਗੱਲ ਕਰਨਾ ਚਾਹੋਗੇ ਕਿਉਂ ਬੋਲੇ ਉਹ ਕੀ ਹੋਇਆ ਸੀ ਉਸ ਸਮੇਂ ਮੈਂ ਆਪ ਜੀ ਨੂੰ ਦੱਸਦਾ ਮੈਂ ਸੈਰ ਕਰਦਾ ਕਰਦਾ ਮੇਰਾ ਪੈਰ ਤਿਲ ਗਿਆ ਤੇ ਮੇਰਾ ਮੋਢਾ ਉਤਰ ਗਿਆ ਉਹ ਬਹੁਤ ਖਤਰਨਾਕ ਗੱਲ ਸੀ ਮੈਂ 5-10 ਦਿਨ ਤੱਕ ਹਸਪੀਟਲ ਤੇ ਰਿਹਾ ਮੇਰੇ ਮੇਰਾ ਮੋਢਾ ਠੀਕ ਨਹੀਂ ਹੋਇਆ ਹੁਣ ਮਾੜਾ ਜਿਹਾ ਠੀਕ ਹੈ ਹਾਲੇ ਪੂਰਾ ਮੁਕੰਮਲ ਨਹੀਂ ਹੈ ਅੱਛਾ ਹੋਇਆ ਇਹ ਵੀ ਉਹਨਾਂ ਦਿਨਾਂ 'ਚ ਸ਼੍ਰੀ ਰਾਹੁਲ ਗਾਂਧੀ ਜੀ ਪੰਜਾਬ 'ਚ ਆਏ ਸੀ ਪੰਜਾਬ ਆਏ ਸੀ ਤੇ ਮੈਂ ਵੀ ਚਲੇ ਗਿਆ ਤੇ ਮੈਂ ਉਹ ਸਟੇਜ ਤੇ ਸੀ ਮੈਂ ਪਿੱਛੇ ਖੜਾ ਸੀਗਾ ਇੱਕ ਸੱਜਣ ਨੇ ਆ ਕੇ ਮੈਨੂੰ ਪੁੱਛ ਲਿਆ ਕੈਮਰਾ ਉਹਦੇ ਹੱਥ ਸੀਗਾ ਕਹਿੰਦਾ ਜੀ ਆ ਜਿਹੜੇ ਤਿੰਨ ਕਾਨੂੰਨ ਬਣੇ ਨੇ ਬਈ ਤੁਸੀਂ ਇਹਨਾਂ ਬਾਰੇ ਕੀ ਕਹੋਗੇ ਮੈਂ ਕਿਹਾ ਵੀ ਨਾ ਮੈਂ ਹਲੇ ਅਖਬਾਰ ਪੜ੍ਹਿਆ ਮੈਂ ਬਿਮਾਰ ਸੀਗਾ ਮੇਰਾ ਮੋਢਾ ਦੁਖਦਾ ਸੀਗਾ ਮੈਨੂੰ ਹਲੇ ਪਤਾ ਨਹੀਂ ਹੈ ਜਦੋਂ ਮੈਂ ਪੜ੍ਹ ਲਵਾਂ ਫਿਰ ਮੈਂ ਇਹਦੇ ਬਾਰੇ ਕੀ رائے ਦਿਆਂਗਾ ਉਹਨਾਂ ਨੇ ਮਜ਼ਾਕ ਬਣਾ ਲਿਆ ਇਹਦਾ ਮੋਢਾ ਦੁਖਦਾ ਇਹ ਐ ਨਹੀਂ ਕਰਦਾ ਉਹ ਨਹੀਂ ਕਰਦਾ ਤਿੰਨਾ ਕਾਨੂੰਨਾਂ ਬਾਰੇ ਜਿਹੜਾ ਮਹਿੰਗੀ ਗਾਇ ਨਾ ਦਿੱਲੀ ਵਾਲੇ ਚੱਲੇ ਕਾਫਲੇ ਕਿਸਾਨਾਂ ਦੇ ਉਹ ਸਰਕਾਰ ਨੇ ਬੰਦ ਕਰਵਾਤਾ YouTube ਤੋਂ ਤੁਸੀਂ ਲਾਈਨਾਂ ਜਿੰਕੋ ਗੁਣਗਣਾ ਸਕਦੇ ਹੋ ਨਹੀਂ ਮੈਨੂੰ ਹੁਣ ਯਾਦ ਨਹੀਂ ਆ ਮੈਨੂੰ ਇੱਕੋ ਹੀ ਲਾਈਨ ਯਾਦ ਆ ਦਿੱਲੀ ਵਾਲੇ ਚੱਲੇ ਕਾਫਲੇ ਕਿਸਾਨਾਂ ਦੇ ਐਡਾ ਵਧੀਆ ਗੀ ਸੀਗਾ ਉਹ ਹੈ ਜੀ ਉਹਦਾ 40000 ਥੋੜੇ ਦਿਨਾਂ ਦੇ ਵਿੱਚ ਨਾ ਮਤਲਬ ਓ ਹੋ ਗਈ ਸੀ ਓ ਹੋ ਗਿਆ ਹੈ ਜੀ ਲੇਕਿਨ ਸਰਕਾਰ ਨੇ ਬੰਦ ਕਰਵਾਤਾ ਕਿੰਨੇ ਬੰਦ ਕਰੋ ਇਹਨੂੰ ਤਾਂ ਇਸ ਕਰਕੇ ਪੋਜੀਸ਼ਨ ਇਹ ਹੈ ਕੋਈ ਵੀ ਬੰਦਾ ਜੋ ਕਿਤਾ ਕਰਦਾ ਉਸੇ ਨਾਲ ਉਹ ਤੁਹਾਡੇ ਨਾਲ ਪਾਰਟਿਸਿਪੇਟ ਕਰ ਸਕਦਾ ਉਸੇ ਨਾਲੇ ਮਦਦ ਕਰ ਸਕਦਾ ਹੈ ਜੀ ਮੈਂ ਉਹ ਜਾਰੂ ਤਾਂ ਹਾਂ ਨਹੀਂ ਵੀ ਜਿਹੜਾ ਮੈਂ ਹੱਥ ਦੇ ਵਿੱਚ ਕੋਈ ਹਥਿਆਰ ਲੈ ਕੇ ਜਾਂ ਕਣਕ ਦੀਆਂ ਬੋਰੀਆਂ ਲੈ ਕੇ ਜਾਂ ਕੁਝ ਕਰਕੇ ਮੈਂ ਮਦਦ ਕਰ ਸਕਦਾ ਉਸ ਤੁਹਾਨੂੰ ਦੁੱਖ ਹੋਇਆ ਕਿ ਤੁਸੀਂ ਮਤਲਬ 40 50 ਸਾਲ ਤੋਂ ਇੱਕ ਪਬਲਿਕ ਲਾਈਫ ਜੀ ਰਹੇ ਹੋ ਸਟੇਜਾਂ ਦੇ ਉੱਤੇ ਬਹੁਤ ਪਿਆਰ ਮਿਲਿਆ ਬਤੌਰ ਸਿਆਸਤਦਾਨ ਤੁਹਾਨੂੰ ਪਿਆਰ ਮਿਲਿਆ ਦੋ ਵਾਰ ਤੁਸੀਂ ਜਿੱਤ ਗਏ ਤੇ ਇੱਕ ਛੋਟੇ ਜਿਹੇ ਬਿਆਨ ਨੇ ਤੁਹਾਨੂੰ ਬਹੁਤ ਲੋਕਾਂ ਨੂੰ ਮਜ਼ਾਕ ਉਡਾਉਣ ਦਾ ਮੌਕਾ ਦਿੱਤਾ ਉਹ ਤੁਹਾਡੇ ਤੱਕ ਚੀਜ਼ਾਂ ਪਹੁੰਚ ਰਹੀਆਂ ਸੀ ਉਸ ਸਮੇਂ ਜੀ ਹਾਂ ਪਹੁੰਚ ਰਹੀਆਂ ਸੀ ਤੁਸੀਂ ਹੈਰਾਨ ਹੋਵੋਗੇ ਅਕਤਾਰ ਸਾਹਿਬ ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ ਉਹ ਜਦੋਂ ਮੈਂ ਨਾ ਉਹ ਦੇਖਿਆ ਕਟਿੰਗ ਦੇਖੀ ਤੇ ਮੈਨੂੰ ਉਹ ਉਹਦੇ ਵਿੱਚ